ਉਸ ਦਾ ਜਨਮ 27 ਸਤੰਬਰ 1965 ਨੂੰ ਹੋਇਆ। 3 ਸਾਲ ਦੀ ਉਮਰ ਵਿੱਚ ਉਸਨੇ ਭਾਰਤ ਨਾਟਿਅਮ ਨਾਚ ਸਿੱਖਣਾ ਸ਼ੁਰੂ ਕਰ ਦਿੱਤਾ। ਉਹ ਦਿਨੇ ਸਕੂਲ ਜਾਂਦੀ, ਜੀ ਤੋੜ ਮਿਹਨਤ ਕਰਦੀ ਅਤੇ ਸ਼ਾਮ ਨੂੰ ਨਾਚ ਅਭਿਆਸ ਕਰਕੇ ਹਰ ਰੋਜ਼ ਰਾਤ ਨੂੰ 9:30 ਵਜੇ ਘਰ ਵਾਪਸ ਆਉਂਦੀ। ਭਾਰਤ ਨਾਟਿਅਮ ਉਸਦੇ ਜੀਵਨ ਦਾ ਅਹਿਮ ਹਿੱਸਾ ਬਣ ਗਿਆ, ਸ਼ਦਾਈ ਹੋਣ ਦੀ ਹੱਦ ਤੱਕ। ਉਹ ਦੱਸਦੀ ਹੈ ਕਿ 10ਵੀਂ ਵਿੱਚ 80% ਅੰਕ ਹਾਸਲ ਕਰਨ ਤੋਂ ਬਾਅਦ ਉਸਨੇ ਸਾਇੰਸ ਦੀ ਬਜਾਏ ਆਰਟਸ ਦੇ ਵਿਸ਼ੇ ਲੈ ਲਏ ਤਾਂ ਜੋ ਉਸਦੇ ਨਾਚ ਵਿੱਚ ਕੋਈ ਵਿਘਨ ਨਾ ਪੈ ਸਕੇ। ਇਸ ਸਮੇਂ ਤੱਕ ਉਹ ਸੈਂਕੜੇ ਪੇਸ਼ਕਾਰੀਆਂ ਦੇ ਚੁੱਕੀ ਸੀ ਅਤੇ ਇਸ ਖੇਤਰ ਵਿੱਚ ਉਹ ਜੇਤੂ ਰਾਹਾਂ ਵੱਲ ਵੱਧ ਰਹੀ ਸੀ, ਪਰ ਕੁਦਰਤ ਨੂੰ ਇਹ ਸਵੀਕਾਰ ਨਹੀਂ ਸੀ। ਉਹ ਸਾਲ 1981 ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੱਟ ਕੋਈ ਵੱਡੀ ਨਹੀਂ ਸੀ, ਪਰ ਡਾਕਟਰਾਂ ਦੀ ਅਣਗਹਿਲੀ ਕਾਰਨ ਉਹ ਸੱਟ ਉਸ ਲਈ ਘਾਤਕ ਹੋ ਗਈ। ਉਸਦੇ ਪੈਰ ਵਿੱਚ ਗੈਂਗਰੀਨ ਹੋਣ ਕਾਰਨ ਜਦ ਇਹ ਜਾਪਿਆ ਕਿ ਕਿਤੇ ਇਹ ਸਾਰੇ ਸਰੀਰ ਵਿੱਚ ਨਾ ਫੈਲ ਜਾਵੇ ਤਾਂ ਉਸਦੇ ਮਾਪਿਆਂ ਨੂੰ ਉਸਦਾ ਸੱਜਾ ਪੈਰ ਕਟਵਾਉਣ ਦਾ ਫੈਸਲਾ ਲੈਣਾ ਪਿਆ। ਉਸ ਉੱਪਰ ਕਹਿਰ ਟੁੱਟ ਪਿਆ, ਸੁਪਨੇ ਚਕਨਾ ਚੂਰ ਹੁੰਦੇ ਜਾਪੇ, ਜੀਵਨ ਵਿੱਚ ਇੱਕਦਮ ਹਨੇਰਾ ਛਾ ਗਿਆ। ਉਸਨੂੰ ਲੱਗਿਆ ਜਿਵੇਂ ਉਹ ਲੁੱਟੀ ਗਈ ਹੋਵੇ। ਬੁਰੀ ਤਰ੍ਹਾਂ ਉਹ ਘੋਰ ਨਿਰਾਸ਼ ਹੋ ਗਈ। ਕਰੇ ਤਾਂ ਕੀ ਕਰੇ? ਉਸਦੇ ਬਨਾਵਟੀ ਲੱਤ, ਜਿਸ ਨੂੰ ਜੈਪੁਰ ਫੁੱਟ ਆਖਿਆ ਜਾਂਦਾ ਸੀ, ਲਗਵਾਈ ਗਈ। ਉਸਨੇ ਸੋਟੀ ਦੇ ਸਹਾਰੇ ਹੌਲੀ ਹੌਲੀ ਤੁਰਨਾ ਸ਼ੁਰੂ ਕੀਤਾ ਅਤੇ ਉਸਨੂੰ ਸਿੱਧਾ ਤੁਰਨ ਵਿੱਚ ਵੀ ਲਗਭਗ 4 ਮਹੀਨੇ ਲੱਗ ਗਏ। ਉਸਨੇ ਲਗਾਤਾਰ 3 ਸਾਲ ਫਿਜ਼ੀਓਥਰਾਪੀ ਕਰਾਈ ਤਾਂ ਜਾ ਕੇ ਉਸਨੇ ਕੁਝ ਠੀਕ ਹੋਣਾ ਮਹਿਸੂਸ ਕੀਤਾ। ਇਸ ਸਮੇਂ ਦੌਰਾਨ ਉਸ ਕੋਲ ਲੋਕ ਆਉਂਦੇ, ਹਮਦਰਦੀ ਕਰਦੇ ਅਤੇ ਇਹ ਦਿਲਾਸੇ ਦਿੰਦੇ ਕਿ ਕੋਈ ਗੱਲ ਨਹੀਂ, ਜੇ ਉਹ ਹੁਣ ਭਾਰਤ ਨਾਟਿਅਮ ਨਹੀਂ ਕਰ ਸਕਦੀ। ਪਰ ਉਸਨੇ ਤਾਂ ਹੁਣ ਮੁੜ ਭਾਰਤ ਨਾਟਿਅਮ ਕਰਨ ਦਾ ਫੈਸਲਾ ਲੈ ਲਿਆ ਸੀ। ਇਹ ਔਖਾ ਕਾਰਜ ਸੀ, ਦੁਖਦਾਈ ਵੀ ਸੀ, ਪਰ ਉਹ ਦ੍ਰਿੜ ਇਰਾਦਾ ਕਰ ਚੁੱਕੀ ਸੀ। ਆਖਰ ਇੱਕ ਦਿਨ ਅਜਿਹਾ ਆਇਆ ਜਦੋਂ ਆਪਣੇ ਪਿਤਾ ਪਾਸ ਗਈ ਅਤੇ ਉਹਨਾਂ ਨੂੰ ਦੱਸਿਆ ਕਿ ਐਤਵਾਰ ਨੂੰ ਸੇਂਟ ਜ਼ੇਵੀਅਰ ਕਾਲਜ ਵਿੱਚ ਉਸਦੀ ਪੇਸ਼ਕਾਰੀ ਹੈ। ਉਸਦੇ ਪਿਤਾ ਨੂੰ ਝਟਕਾ ਲੱਗਿਆ। ਐਤਵਾਰ ਦੇ ਅਖਬਾਰ ਵਿੱਚ ਖਬਰ ਸੀ, ਪੈਰ ਗੁਆ ਲਿਆ ਪਰ ਮੀਲਾਂ ਤੁਰ ਪਈ, ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਉਹ ਬਹੁਤ ਘਬਰਾਈ ਹੋਈ ਸੀ। ਉਸਦੀ ਦਾਦੀ ਨੇ ਹੌਸਲਾ ਦਿੱਤਾ ਕਿ ਰੱਬ ਉਸਦੇ ਨਾਲ ਹੈ, ਪਰ ਉਸਨੂੰ ਇਹ ਵਿਸ਼ਵਾਸ ਨਹੀਂ ਸੀ ਕਿਉਂਕਿ ਉਹ ਕਹਿ ਰਹੀ ਸੀ ਕਿ ਜੇ ਰੱਬ ਨਾਲ ਹੁੰਦਾ ਤਾਂ ਉਸਦਾ ਪੈਰ ਕਿਉਂ ਕੱਟਿਆ ਜਾਂਦਾ। ਉਸਨੇ ਪੇਸ਼ਕਾਰੀ ਦਿੱਤੀ, ਸ਼ੋਅ ਖਤਮ ਹੋਇਆ, ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸਦਾ ਸਨਮਾਨ ਕੀਤਾ, ਮੀਡੀਆ ਨੇ ਉਸਦੀ ਪ੍ਰਸ਼ੰਸਾ ਦੇ ਝੰਡੇ ਗੱਡ ਦਿੱਤੇ। ਘਰੇ ਪਹੁੰਚਦੇ ਸਾਰ ਉਸਦੇ ਪਿਤਾ ਨੇ ਉਸਦੇ ਪੈਰ ਇਹ ਕਹਿੰਦੇ ਹੋਏ ਛੋਏ ਕਿ ਮੈਂ ਸਰਸਵਤੀ ਦੇਵੀ ਦੇ ਪੈਰ ਛੂਹ ਰਿਹਾ ਹਾਂ ਕਿਉਂਕਿ ਤੂੰ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ। ਸਰਸਵਤੀ ਦੀ ਕਿਰਪਾ ਪਾਤਰ, ਨਾਚ ਅਤੇ ਫਿਲਮੀ ਦੁਨੀਆ ਦਾ ਜਾਣਿਆ ਪਹਿਚਾਣਿਆ ਨਾਮ, ਇੱਕ ਬਹੁਤ ਵੱਡੀ ਪ੍ਰੇਰਨਾ ਸਰੋਤ ਸੁਧਾ ਚੰਦਰਨ ਹੈ। ਸ਼ਾਇਦ ਹੀ ਕੋਈ ਮੁਲਕ ਅਜਿਹਾ ਹੋਵੇ ਜਿੱਥੇ ਸੁਧਾ ਚੰਦਰਨ ਨੇ ਭਾਰਤ ਨਾਟਿਅਮ ਦੀ ਪੇਸ਼ਕਾਰੀ ਨਾ ਦਿੱਤੀ ਹੋਵੇ। ਉਹ ਹੁਣ ਆਖਦੀ ਹੈ ਕਿ ਉਸਦੀ ਦਾਦੀ ਠੀਕ ਕਹਿੰਦੀ ਸੀ ਕਿ ਰੱਬ ਉਸਦੇ ਨਾਲ ਹੈ। ਇਹ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ ਕਿ ਜੀਵਨ ਖਤਮ ਕਰਨ ਵਰਗਾ ਜਾਪਦਾ ਹਾਦਸਾ ਆਸ਼ੀਰਵਾਦ ਅਤੇ ਅਸੀਸ ਵੀ ਬਣ ਸਕਦਾ ਹੈ। ਸੱਚਮੁੱਚ ਜੇਕਰ ਬੰਦਾ ਠਾਣ ਲਵੇ ਤਾਂ ਫਿਰ ਕੁਝ ਵੀ ਤੁਹਾਨੂੰ ਰੋਕ ਨਹੀਂ ਸਕਦਾ। ਉਹ ਜਗਤ ਜੇਤੂ ਹੈ, ਉਸਨੂੰ ਸਲਾਮ, ਸਿਜਦਾ ਅਤੇ ਸਤਿਕਾਰ।